ਹੁੰਦੀ ਆ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਇੱਕ ਵਾਰੀ। ਠੀਕ ਹੈ ਜੀ, ਲਓ ਜੀ ਲਾਡੀ ਪਹਿਲਵਾਨ ਸਮਾਨ ਤੇ ਦੂਜੇ ਪਾਸੇ ਸੁਨੀਲ ਪਹਿਲਵਾਨ ਜੀਰਕਪੁਰ, ਇਹ ਦੋ ਨੰਬਰ ਚੰਡ ਦੀ ਕੁਸ਼ਤੀ ਹੈ। ਸੁਨੀਲ ਪਹਿਲਵਾਨ ਨੇ ਇੱਥੋਂ ਕੁਸ਼ਤੀ ਲੜ ਕੇ ਅੱਗੇ ਇੱਕ ਹੋਰ ਦੰਗਲ ਦੇ ਵਿੱਚ ਕੁਸ਼ਤੀ ਲੜਨੀ ਹੈ। ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਬਈ, ਦੋ ਨੰਬਰ ਚੰਡ ਦੀ ਕੁਸ਼ਤੀ ਸ਼ੁਰੂ ਹੋ ਗਈ। ਜੀਤੀ ਪਹਿਲਵਾਨ ਜੀ ਧਿਆਨ ਰੱਖਿਓ। ਲਓ ਜੀ ਲਾਡੀ ਪਹਿਲਵਾਨ ਸਮਾਨ ਸੁਨੀਲ ਪਹਿਲਵਾਨ ਜੀਰਕਪੁਰ, ਦੋਨਾਂ ਪਹਿਲਵਾਨਾਂ ਦੀ ਕੁਸ਼ਤੀ ਸ਼ੁਰੂ ਹੋ ਗਈ ਹੈ। ਪਿੰਡ ਸੱਜ ਗਿਆ, ਪਿੰਡ ਲੱਖੋਵਾਲ, ਪਿੰਡ ਲੱਖੋਵਾਲ ਜ਼ਿਲ੍ਹਾ ਲੁਧਿਆਣੇ ਦਾ, ਬੜੀ ਦੂਰੋਂ ਦੂਰੋਂ ਨੇ ਤਕੜੇ ਮਨ ਲਾਏ। ਹਰ ਕਦਮ ਤੁਹਾਡਾ ਸਾਡੇ ਸਿਰ ਮੱਥੇ, ਜਿੰਨੇ ਕਦਮ ਸਾਡੇ ਤੁਸੀਂ ਚੱਲ ਲਾਏ। ਸੋਨੂੰ ਮੰਗਲੀ ਜਾਣਗੇ ਉਹ ਜਿੱਤ ਮੱਲ, ਜਿਹੜੇ ਮਾਰ ਉਸਤਾਦਾਂ ਦੀ ਚੱਲ ਲਾਏ, ਜਿਹੜੇ ਮਾਰ ਉਸਤਾਦਾਂ ਦੀ ਚੱਲ ਲਾਏ। ਪਿੰਡ ਸੱਜ ਗਿਆ, ਪਿੰਡ ਲੱਖੋਵਾਲ ਕਲਾਂ, ਪਿੰਡ ਲੱਖੋਵਾਲ ਖੁਰਦ ਦਾ, ਬੜੀ ਦੂਰੋਂ ਦੂਰੋਂ ਨੇ ਤਕੜੇ ਮੱਲ ਲਏ। ਦੋ ਨੰਬਰ ਝੜੀ ਦੀ ਕੁਸ਼ਤੀ ਸ਼ੁਰੂ ਹੋ ਗਈ ਹੈ ਤੇ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦੇ। ਬਹੁਤ ਵਧੀਆ ਕੁਸ਼ਤੀ ਸੁਨੀਲ ਪਹਿਲਵਾਨ ਜੀਰਕਪੁਰ ਤੇ ਦੂਜੇ ਪਾਸੇ ਲਾਡੀ ਪਹਿਲਵਾਨ ਜੀ ਸਮਾਨ ਜ਼ਿਲ੍ਹਾ ਪਟਿਆਲਾ, ਦੋ ਨੰਬਰ ਦੀ ਕੁਸ਼ਤੀ ਸ਼ੁਰੂ ਹੋ ਗਈ ਹੈ। ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦੇ। ਜਿੰਨੀ ਬੇਟੇ ਸੰਗਤ ਪਹੁੰਚੀ ਹੈ ਸਭ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇੱਥੇ ਬਿਠਾ ਲਓ ਜੀ, ਬਿਠਾ ਲਓ, ਬਿਠਾ ਲਓ, ਕੋਈ ਨੀ ਭੁੱਲਣ ਦਿਓ, ਬਿਠਾ ਲਓ। ਦੋ ਮਿੰਟ ਭਲਾਨ ਜੀ ਇਹਨਾਂ ਦੀ ਕੁਸ਼ਤੀ ਕਰਵਾਓ, ਗਰਮੀ ਆਉਣ ਦਿਓ, ਇਕੱਲੀ ਕੁਸ਼ਤੀ ਦੇਖਣੀ ਹੈ ਕਹਿੰਦੇ। ਬਹੁਤ ਵਧੀਆ ਕੁਸ਼ਤੀ ਮੁਲਕ ਰਾਜ ਜੀ ਬਣੇ, ਬਿਠਾ ਦਿਓ ਪਹਿਲਾਂ ਕੁਸ਼ਤੀ ਨੂੰ ਹੋਲਣ ਦਿਓ, ਵਾਰ ਵਾਰ ਜਿਵੇਂ ਬਲਕਰਾਨੇ ਕੁਸ਼ਤੀ ਦੂਜੀ, ਸਾਰਿਆਂ ਧਿਆਨ ਫਿਰ ਡਬਲ ਹੋਈ ਜਾਂਦਾ ਜੀ। ਬੜੀ ਕਾਂਟੇਦਾਰ ਕੁਸ਼ਤੀ ਚੱਲ ਰਹੀ ਹੈ ਜੀ। ਸ਼ੇਰ ਸਿੰਘ ਜੀ ਸਾਡੇ ਵਿੱਚ ਪਹੁੰਚੇ ਨੇ, ਅਸੀਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਨੇ। ਉਧਰ ਸਰਦਾਰ ਮਸਕਟ ਤੋਂ ਜੀ, ਸਰਦਾਰ ਮੋਹਨ ਸਿੰਘ ਜੀ ਪ੍ਰਧਾਨ ਸਾਹਿਬ, ਉਹਨਾਂ ਵੱਲੋਂ ਵੀ ਸਾਡੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ 500 ਰੁਪਏ ਦੇ ਵੱਡੇ ਮਾਨ ਸਨਮਾਨ ਕੀਤੇ ਗਏ, ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਸਰਦਾਰ ਅਮਰਜੀਤ ਸਿੰਘ ਜੀ ਤਨੇਜਾ, ਉਪ ਪ੍ਰਧਾਨ ਸਾਹਿਬ, ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਇੰਸਪੈਕਟਰ ਸਰਦਾਰ ਸੁਰਿੰਦਰ ਸਿੰਘ ਜੀ ਗਿੱਲ, ਟੈਸੀਆਰ ਸਾਹਿਬ, ਇਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਰਦਾਰ ਗੁਰਜੀਤ ਸਿੰਘ ਜੀ ਮਾਨਕੀ, ਸੈਕਟਰੀ ਸਾਹਿਬ, ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਰਦਾਰ ਗੁਰਪ੍ਰੀਤ ਸਿੰਘ ਜੀ ਗੌਰੀ, ਸਰਦਾਰ ਗਿਆਨ ਸਿੰਘ ਜੀ ਆਰੇ ਵਾਲੇ, ਐਕਸਰਪੰਚ ਸਰਦਾਰ ਪਰਮਜੀਤ ਸਿੰਘ ਜੀ ਕਲੇਰ, ਜੋ ਕਿ ਹਰ ਸਾਲ ਖੰਡ ਪਾਟਾਂ ਦੀ ਸੇਵਾ ਕਰਦੇ, ਸਰਦਾਰ ਵਰਿੰਦਰਪਾਲ ਸਿੰਘ ਜੀ ਸੰਧੂ ਕਮੇਟੀ ਮੈਂਬਰ, ਸਰਦਾਰ ਹਰਜਿੰਦਰ ਸਿੰਘ ਜੀ ਹੁੰਦਾ ਕੁਸ਼ਤੀ ਜਦੋਂ ਭਲਵਾਨਾਂ ਦੀ ਦੇਖਦੇ ਹਾਂ, ਸਭ ਨੂੰ ਚੜਿਆ ਉਦੋਂ ਸਰੂਰ ਹੁੰਦਾ। ਆ ਜਾ ਸੱਜਣਾ ਜੇ ਤੂੰ ਲੁਤਫ ਲੈਣਾ ਹੈ, ਉਹ ਲੁਤਫ ਖਾੜਿਆ ਵਿੱਚ ਜ਼ਰੂਰ ਹੁੰਦਾ, ਲੁਤਫ ਖਾੜਿਆ ਵਿੱਚ ਜ਼ਰੂਰ ਹੁੰਦਾ। ਬੜੀ ਜ਼ੋਰਦਾਰ ਕੁਸ਼ਤੀ ਚੱਲ ਰਹੀ ਹੈ ਵੀ, ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਦਿੰਦੇ ਪਹਿਲਵਾਨਾਂ ਦੇ ਨਾਂ ਤੇ ਬਣਾ ਕੇ। ਉਧਰੋ ਬਈ ਸੁਨੀਲ ਪਹਿਲਵਾਨ ਬਹੁਤ ਹਮਲਾਵਰ ਕੁਸ਼ਤੀ ਲੜ ਰਿਹਾ ਜੇ, ਉਧਰੋ ਲਾਡੀ ਪਹਿਲਵਾਨ ਵੀ ਕਿਸੇ ਨਾਲ ਘੱਟ ਨੀ ਵੱਡੇ। ਬੱਲੇ ਬੱਲੇ ਬੱਲੇ, ਆ ਬੱਲੇ ਬੱਲੇ ਬੱਲੇ, ਬੱਲੇ ਬੱਲੇ ਬੱਲੇ, ਇਹਨੂੰ ਕਹਿੰਦੇ ਨੇ ਕੁਸ਼ਤੀ। ਜ਼ੋਰ ਤੋਂ ਜਵਾਨੀ ਕਹਿੰਦੇ ਉਮਰਾਂ ਦਾ ਖੇਲ ਹੈ, ਜ਼ੋਰਦਾਰ ਤਾੜੀ ਮਾਰੋ ਦਰਸ਼ਕ ਵੀਰੋ, ਜ਼ੋਰਦਾਰ ਤਾੜੀ ਮਾਰ ਦਿਓ। ਵਾਹ ਜੀ ਵਾਹ, ਬਹੁਤ ਵਧੀਆ ਕੁਸ਼ਤੀ ਤੇ ਬਹੁਤ ਵਧੀਆ ਮਾਹੌਲ। ਉਧਰ ਸੂਬੇਦਾਰ ਵੀਰ ਸਿੰਘ ਜੀ, ਦੋਸਤੋ ਕਮੇਟੀ ਦਾ ਫੈਸਲਾ ਕਿ ਇਹ ਕੁਸ਼ਤੀ ਆਰ ਪਾਰ ਦੀ ਹੋਏਗੀ। ਪਹਿਲਵਾਨਾਂ ਨੂੰ ਵੀ ਰਿਕੁਐਸਟ ਆ ਕਿ ਆਪਣੇ ਜੋੜ ਤੁਹਾਨੂੰ ਹੁਣ ਥੋੜੇ ਹੋਰ ਤੇਵਰ ਕਰਨੇ ਪੈਣੇ, ਕਿਉਂ ਕੁਸ਼ਤੀ ਆਰ ਪਾਰ ਦੀ ਹੋਣੀ ਆ। ਤੇ ਇੱਕ ਦੋਸਤੋ ਸਾਰੇ ਤੁਸੀਂ ਵੀ ਦੇਖੋ ਇਹਨਾਂ ਪਹਿਲਵਾਨਾਂ ਨੂੰ ਕਿ ਜੇ ਇਹਨਾਂ ਨੇ ਨਸ਼ੇ ਛੱਡੇ ਤਾਂ ਅੱਜ ਫਸਵੀਂ ਚੱਕਰ ਪਈ ਹੋਈ ਹੈ। ਤੇ ਜਿਹੜੇ ਨੌਜਵਾਨ ਨਸ਼ੇ ਕਰਦੇ ਨੇ ਇਹਨਾਂ ਤੋਂ ਅੱਗੇ ਲੈ ਲਓ, ਕੁਛ ਛੱਡ ਦਿਓ ਨਸ਼ੇ, ਕੁਛ ਨਹੀਂ ਰੱਖਿਆ ਇਹਨਾਂ ਦੇ ਵਿੱਚ। ਔਰ ਸਟਾਈਲਿਸ਼ ਜਿਹਨੂੰ ਸਟਾਈਲਿਸ਼ ਕਹਿੰਦੇ ਨੇ, ਸਮਾਰਟ ਕੁਸ਼ਤੀ ਕਹਿੰਦੇ
ਰੁਪਈਆ ਇਨਾਮ ਦੇ ਵਿੱਚ ਦਿੱਤਾ ਜਾਣਾ। ਸਰਦਾਰ ਮਲਕੀਤ ਸਿੰਘ ਜੀ ਕਹਿੰਦੇ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ। ਬਹੁਤ ਵਧੀਆ ਕੁਸ਼ਤੀ ਤੇ ਬਹੁਤ ਵਧੀਆ ਮਾਹੌਲ, ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦੇ। ਬਾਤ ਜੀ ਬਾ, ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ, ਬਹੁਤ ਵਧੀਆ ਮਾਹੌਲ। ਸਰਦਾਰ ਸੁਖਦੇਵ ਸਿੰਘ ਜੀ ਜੂ ਇੱਥੇ, ਇਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ। ਰੁਖੜ ਬੰਦਿਆਂ ਦੇ ਸ਼ੁਭ ਦਿਹਾੜੇ ਦੇ ਉੱਤੇ ਬਹੁਤ ਵੱਡਾ ਕੁਸ਼ਤੀ ਦੰਗਲ ਕਰਵਾਇਆ ਜਾਂਦਾ ਹੈ, ਜਿੱਥੇ ਵਿਕਰਮ ਕੋਟੀਆ ਪਹਿਲਵਾਨ ਦਿੱਲੀ, ਗੌਰਵ ਪਹਿਲਵਾਨ ਬਾਬਾ ਭਗਤੀ ਨਾਥ ਕੁਸ਼ਤੀ ਖਾੜਾ ਮਾਛੀਵਾੜਾ ਦੇ ਵਿੱਚ 1.25 ਲੱਖ ਰੁਪਏ ਦੀ ਝੰਡੀ ਦੀ ਕੁਸ਼ਤੀ ਕਰਵਾਈ ਗਈ, ਜਿਸ ਦੇ ਵਿੱਚ ਸਾਡੇ ਏਰੀਏ ਦਾ ਮਾਣ ਗੌਰਵ ਪਹਿਲਵਾਨ ਬਾਬਾ ਭਗਤੀ ਨਾਥ ਕੁਸ਼ਤੀ ਖਾੜਾ ਮਾਛੀਵਾੜਾ ਨੇ 15-16 ਮਿੰਟ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਬੱਲੇ ਬੱਲੇ ਕਰਵਾਈਆਂ। ਹੋਰ ਵੀ ਬਹੁਤ ਵਧੀਆ ਕੁਸ਼ਤੀਆਂ ਕਰਵਾਈਆਂ ਗਈਆਂ ਨੇ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਰਦਾਰ ਸੁਖਦੇਵ ਸਿੰਘ ਜੀ ਮੰਡ ਸੁੱਕੇਵਾਲ ਰੱਖੜ ਪੁੰਨਿਆ ਦੇ ਸ਼ੁਭ ਦਿਹਾੜੇ ਤੇ ਬਹੁਤ ਵੱਡਾ ਕੁਸ਼ਤੀ ਦੰਗਲ ਕਰਵਾਉਂਦੇ ਨੇ, ਅਖਾੜੇ ਪਾਸੇ ਵਿੱਚ ਪਹੁੰਚੇ ਨੇ, ਤਹਿ ਦਿਲੋਂ ਧੰਨਵਾਦ ਕਰਦੇ। ਪ੍ਰਭਜੋਤ ਪਹਿਲਵਾਨ ਦੱਸੋਵਾਲ, ਰੇ ਰੂਬਨ ਪਹਿਲਵਾਨ ਮਲੇਰਕੋਟਲਾ, ਇਹ ਵੀ ਪਹਿਲਵਾਨ ਆਪਦੇ ਆਪ ਨੂੰ ਗੁਰਮਾ ਕੇ ਤਿਆਰ ਰਹਿਣਗੇ ਅਗਲੀ ਕੁਸ਼ਤੀ ਦੇ ਲਈ। ਕੁਸ਼ਤੀ ਬਹੁਤ ਵਧੀਆ ਹੋ ਰਹੀ ਹੈ, ਦੇਖੋ ਕਿਹੜਾ ਪਹਿਲਵਾਨ ਕੁਸ਼ਤੀ ਜਿੱਤ ਪ੍ਰਾਪਤ ਕਰਦਾ। ਬਾਓ ਜਵਾਨ ਦੋਨੇ ਪਹਿਲਵਾਨ, ਨਾਮਵਰ ਪਹਿਲਵਾਨ ਨੇ ਸੁਨੀਲ ਪਹਿਲਵਾਨ ਤੇ ਦੂਜੇ ਪਾਸੇ ਲਾਡੀ ਪਹਿਲਵਾਨ ਸਮਾਨ। ਬਾਓ ਜਵਾਨ ਸ਼ਾਬਾਸ਼, ਲਵਾ ਕੇ ਰਗੜੇ ਸਿੱਖਣੇ ਪੈਂਦੇ ਤਾਂ ਭਲਵਾਨੀ ਦੇ। ਬਾਬ ਕੇ ਮੁੰਡੇ ਨੂੰ ਮੈਨੂੰ ਆਉਣ ਪਾਉਣੀਆਂ, ਖਾਧੀਆਂ ਖੁਰਾਕਾਂ ਚ ਕੰਮ ਆਉਣੀਆਂ, ਪਹਿਲਵਾਨ ਵੀਰਾਂ ਨੂੰ ਅਤੇ ਇਲਾਕੇ ਦੇ ਜਿਹੜੇ ਸਾਡੇ ਨੌਜਵਾਨ ਵੀਰ ਨੇ, ਇਹ ਦੋਸਤੋ ਇਹ ਖਾਣੇ ਵਿੱਚ ਇਸ ਤਰ੍ਹਾਂ ਨਹੀਂ ਕੋਲ ਹੋ ਸਕਦਾ, ਜੇ ਅਸੀਂ ਖੁਰਾਕ ਖਾਧੀ ਆ ਤਾਂ ਹੀ ਕੁਸ਼ਤੀ ਕਰ ਸਕਦੇ ਹਾਂ, ਚਿੱਟਾ ਪੀ ਕੇ ਅਸੀਂ ਕੁਸ਼ਤੀ ਨਹੀਂ ਕਰ ਸਕਦੇ, ਜਾਂ ਅਸੀਂ ਮਤਲਬ ਹੋਰ ਕਈ ਤਰ੍ਹਾਂ ਦੇ ਨਸ਼ੇ ਨੇ ਉਹਨਾਂ ਨੂੰ ਕਰਨ ਤੋਂ ਬਾਅਦ ਤੁਸੀਂ ਖਾੜੇ 'ਚ ਨਹੀਂ ਆ ਸਕਦੇ। ਇਹ ਪਹਿਲਵਾਨ ਵੀਰ ਨੇ, ਇਹਨਾਂ ਨੇ ਸਾਰਾ ਤਿਆਗ ਕੀਤਾ ਇਹਨਾਂ ਚੀਜ਼ਾਂ ਦਾ, ਇਹਨਾਂ ਨੇ ਤਿਆਗ ਕਰਕੇ ਫਿਰ ਹੀ ਇਸ ਖਾੜੇ ਵਿੱਚ ਆਏ ਨੇ। ਇੱਕ ਵਾਰ ਜ਼ੋਰਦਾਰ ਤਾੜੀਆਂ ਜਿਹੜੇ ਮੇਰੇ ਵੀਰ ਨਸ਼ਾ ਨਹੀਂ ਕਰਦੇ, ਚਿੱਟਾ ਨਹੀਂ ਲਾਉਂਦੇ, ਸ਼ਾਮ ਨੂੰ ਦਾਰੂ ਨਹੀਂ ਪੀਂਦੇ, ਜ਼ੋਰਦਾਰ ਤਾੜੀਆਂ ਇੱਕ ਵਾਰੀ ਉਹਨਾਂ ਦੇ ਨਾਮ ਤੇ। ਵਾਹ ਬਈ ਵਾਹ, ਸਾਡੇ ਸਰਕਾਰੀ ਅੰਕੜੇ ਦੇ ਮੁਤਾਬਕ, ਯੂਐਨਓ ਦੀ ਰਿਪੋਰਟ ਮੁਤਾਬਕ, ਇਕੱਲੇ ਕੁਸ਼ਤੀ ਪ੍ਰੇਮੀਓ ਕਹਿੰਦੇ ਪੰਜਾਬ ਦੇ ਵਿੱਚ 60-70% ਨੌਜਵਾਨ ਮੁੰਡੇ ਕੁੜੀਆਂ ਕੋਈ ਨਾ ਕੋਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਸ਼ਾ ਕਰਦੇ ਨੇ, ਨਸ਼ੇ ਦੇ ਆਦੀ ਹੋ ਗਏ। ਪਰ ਸਾਡੀ ਦੰਗਲ ਕਮੇਟੀ ਦੇ ਪਿਆਰ ਸਦਕਾ ਅੱਜ ਤੁਹਾਨੂੰ ਉਹਨਾਂ ਨੌਜਵਾਨ ਪਹਿਲਵਾਨਾਂ ਦੇ ਵੀ ਦਰਸ਼ਨ ਕਰਵਾਏ ਜਾਣਗੇ, ਜਿਨ੍ਹਾਂ ਨੇ ਨਸ਼ਿਆਂ ਦੀ ਭੈੜੀ ਬਿਮਾਰੀ ਤੋਂ ਦੂਰ ਰਹਿ ਕੇ ਆਪਣਾ ਤਾਂ ਜੀਵਨ ਸਵਾਰਿਆ ਹੀ ਸਵਾਰਿਆ, ਸਾਡੇ ਸਮਾਜ ਨੂੰ ਸਹੀ ਸੇਧ ਪ੍ਰਦਾਨ ਵੀ ਕੀਤੀ ਹੈ, ਇੱਜ਼ਤ ਪੈਸਾ ਸ਼ੋਹਰਤ ਵੀ ਕਮਾਇਆ, ਵੱਡੇ ਵੱਡੇ ਨਾਮਾਂ ਤੇ ਵੱਡੇ ਵੱਡੇ ਖਿਤਾਬਾਂ ਤੇ ਕਬਜ਼ਾ ਵੀ ਕੀਤਾ। ਅੱਜ ਸਾਡੀ ਦੰਗਲ ਕਮੇਟੀ ਦੇ ਉੱਤਮ ਸਦਕਾ ਤੁਹਾਨੂੰ ਉਹਨਾਂ ਨੌਜਵਾਨ ਪਹਿਲਵਾਨਾਂ ਦੇ ਵੀ ਦਰਸ਼ਨ ਕਰਵਾਏ ਜਾ ਰਹੇ ਨੇ। ਇੱਕ ਵਾਰ ਇਹਨਾਂ ਪਹਿਲਵਾਨਾਂ ਦੇ ਨਾਂ ਤੇ ਜੀ ਆਲੋਚਨਾ ਵਧਾਈ ਜ਼ਰੂਰ ਕਰੋ ਜੀ, ਤਹਿ ਦਿਲੋਂ ਧੰਨਵਾਦ ਕਰਦੇ। ਬਈ ਕੁਸ਼ਤੀ ਆਰ ਪਾਰ ਕਰੋ ਭਲਵਾਨ ਜੀ, ਸਾਨੂੰ ਮਜਬੂਰ ਹੋਣਾ ਪੈਣਾ ਨੰਬਰਾਂ ਦੇ, ਸਾਨੂੰ ਫਿਰ ਨੰਬਰਾਂ ਤੇ ਕੁਸ਼ਤੀ ਕਰਾਉਣੀ ਪੈਣੀ ਹੈ, ਇਹਨਾਂ ਨੂੰ ਆਰ ਪਾਰ ਕਰੋ ਜੀ ਕੁਸ਼ਤੀ ਨੂੰ। ਬਈ ਦੇਖੋ ਸਟੇਜ ਸ਼ਕਤੀ ਸਾਹਿਬ ਜੀ, ਅਸੀਂ ਖਾੜੇ ਪਾਸਾ ਚ ਖੜ ਕੇ ਗੱਲ ਕਹਿ ਸਕਦੇ ਹਾਂ ਵੀ ਇਹ ਕੁਸ਼ਤੀ ਹੋ ਰਹੀ, ਜ਼ੋਰ ਲੱਗ ਰਹੇ, ਕਿਉਂਕਿ 2-2 ਲੱਖ ਰੁਪਈਏ 10-10 ਲੱਖ ਰੁਪਏ ਦੀ ਕੁਸ਼ਤੀ ਵੀ ਬਰਾਬਰ ਰਹਿ ਜਾਂਦੀ ਹੈ। ਆਪਾਂ ਜੇ ਕੋਈ ਇਹਦਾ ਜਿੱਤ ਹਾਰ ਕਰਾਉਣਾ ਹੈ ਤਾਂ ਸਮੇਂ ਦੇ ਨਾਲ 19 ਮਿੰਟ ਕੁਸ਼ਤੀ ਸਮਾਪਤ ਹੋ ਗਈ, 19 ਮਿੰਟ ਦਾ ਸਮਾਂ ਹੋ ਗਿਆ। ਤੇ ਉਸ ਤੋਂ ਬਾਅਦ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਿ ਕਿਉਂਕਿ ਹਰ ਇੱਕ ਚੀਜ਼ ਨੂੰ ਬੰਦਸ ਵਿੱਚ ਆ ਗਈ, ਗੱਡੀਆਂ ਵੀ ਟਾਈਮ ਤੇ ਚੱਲਦੀਆਂ ਨੇ, ਕੋਈ ਸਮਾਂ ਸੀ ਜਦੋਂ ਓਲੰਪਿਕ ਖੇਡਾਂ ਦੇ ਵਿੱਚ 11.5 ਘੰਟੇ ਕੁਸ਼ਤੀ ਹੋਈ ਹੈ, 11.5 ਘੰਟੇ ਵੀ ਲਗਾਤਾਰ ਕੁਸ਼ਤੀ ਹੁੰਦੀ ਰਹੀ ਹੈ। ਤੇ ਗੱਦਿਆਂ ਤੇ ਜਦੋਂ ਸਾਡੀ ਚੋਣ ਕਮੇਟੀ ਨੇ, ਸਾਡੀ ਜਿਹੜੀ ਫੈਡਰੇਸ਼ਨ ਹੈ ਕੁਸ਼ਤੀ ਫੈਡਰੇਸ਼ਨ, ਉਹਦੇ ਤੇ ਘੰਟਾ ਘੰਟਾ ਵੀ ਕੁਸ਼ਤੀ ਹੁੰਦੀ ਰਹੀ ਹੈ, 15
ਬੱਲੇ 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 ਆ ਹੋਏ ਆ ਵੈਰੀ ਗੁੱਡ ਵੈਰੀ ਗੁੱਡ ਜੀ ਬਈ ਪਹਿਲਵਾਨ ਦੇ ਸੱਟ ਲੱਗੀ ਪਹਿਲਵਾਨ ਜੀ ਦੇਖੋ ਗੱਲ ਨਹੀਂ ਥੋੜਾ ਜਿਹਾ ਗੋਡੇ ਤੇ ਥੋੜੀ ਮੋਚ ਆਈ ਆ ਗੋਡੇ ਤੇ ਪਲੀਜ਼ ਮੁੰਡਾ ਦੇਖੋ ਜਰਾ ਰੂਪਲ ਪਹਿਲਵਾਨ ਮਲੇਰਕੋਟਲਾ ਇਹ ਮੁਲਕ ਰਾਜ ਜੀ